इंडिया दे विच जदों भी डरावनियां थावां दी गल हुंदी है तां भानगढ़ दे किले दा नाम सब तो उपर आउंदा है। राजस्थान दे विच मौजूद ये 500 साल पुराने किले दा डर लोकां दे मन दे विच कुछ इस तरह बस चुकिया है कि इत्थे लोग दिन दे समय भी जान तो कतराउंदे ने। इत्थों तक ये भी कहा गया है कि रात दे समय जिहड़ा भी इंसान इस किले दे विच गया है वह कदे भी वापस मुड़ के नहीं आया। इस लई सरकार ने खुद इत्थे बोर्ड लगा के रात दे समय इस किले दे विच जाण ते रोक लगाई हुई है। इत्थे डर दा मंजर तां इह है कि रिजर्व एरिया घोषित होण तों बाद भी इंडिया दे पुरातन विभाग ने इत्थे अपना जाने कि इस किले दे अंदर अपना दफ्तर तक नहीं बनाया। अज दी इस वीडियो दे विच मैं तुहानू दसूंगा कि भानगढ़ दे किले दा इतिहास की है, क्यों इस किले नू इन्ना ज्यादा खौफनाक ते भूतिया मन्निया जांदा है। भानगढ़ दे इस किले दा निर्माण अमेर दे राजा भगवान दास ने 1573 दे विच अपने छोटे पुत्र माधो सिंह दे लई करवाया सी। उस समें किला काफी ज्यादा खुशहाल हुंदा सी ते इस किले दे अंदर चारे पासे लोकां दी काफी ज्यादा संघणी आबादी रहिंदी सी। पर फिर कुछ अजिही अणहोनी हुंदी है जिस दे नाल किले दीआं खुशियां हमेशा दे लई खत्म हो गईआं ते लोकां दे मनां दे विच इस किले दा अजिहा डर बैठ गया कि उन्हां ने इस किले नूं छड्डणा शुरू कर दित्ता, जिस दा नतीजा इह होइआ कि इह किला ते उस दे आले दुआले दा इलाका पूरी तरहां दे नाल वीरान हो गया ते उस समें तों लै के अज तक इह किला पूरे दा पूरा वीरान पिआ है ते देखण दे विच वी बहुत ज्यादा डरावना लगदा है। इस किले दे बारे लोक दसदे ने कि इस किले दे अंदरों लोकां दे चीकां मारन दीआं, रोण दीआं ते घुंगरूआं दीआं आवाज़ां आउंदीआं रहिंदीआं ने ते नाल ही इह वी दावा कीता जांदा है कि ਜਿਹੜਾ ਵੀ ਇਨਸਾਨ ਇਸ ਕਿਲੇ ਦੇ ਵਿੱਚ ਰਾਤ ਦੇ ਸਮੇਂ ਗਿਆ ਹੈ ਉਹ ਕਦੇ ਵੀ ਵਾਪਸ ਨਹੀਂ ਆਇਆ। ਇਹੀ ਕਾਰਨ ਹੈ ਕਿ ਦਿਨ ਦੇ ਸਮੇਂ ਵੀ ਇਸ ਕਿਲੇ ਦੇ ਵਿੱਚ ਬਹੁਤ ਘੱਟ ਲੋਕ ਜਾਣ ਦੀ ਹਿੰਮਤ ਕਰਦੇ ਨੇ। ਜਹੇ ਦੇ ਵਿੱਚ ਇਹ ਸਵਾਲ ਸਾਰਿਆਂ ਦੇ ਮਨਾਂ ਦੇ ਵਿੱਚ ਆਉਂਦਾ ਹੈ ਕਿ ਅਜਿਹਾ ਇਸ ਕਿਲੇ ਦੇ ਨਾਲ ਕੀ ਹੋ ਗਿਆ ਜਿਸ ਦੇ ਕਾਰਨ ਇਹ ਕਿਲਾ ਇੰਨਾ ਜ਼ਿਆਦਾ ਸ਼ਰਾਪਤ ਤੇ ਇੰਨਾ ਜ਼ਿਆਦਾ ਭੂਤੀਆ ਬਣ ਗਿਆ। ਅਸਲ ਦੇ ਵਿੱਚ ਇਹ ਕਿਲੇ ਦੇ ਭੂਤੀਆ ਹੋਣ ਬਾਰੇ ਇੱਕ ਨਹੀਂ ਬਲਕਿ ਲੋਕਾਂ ਵੱਲੋਂ ਕਈ ਕਹਾਣੀਆਂ ਦੱਸੀਆਂ ਜਾਂਦੀਆਂ ਨੇ, ਪਰ ਇਹਨਾਂ ਸਾਰੀਆਂ ਕਹਾਣੀਆਂ ਦੇ ਵਿੱਚੋਂ ਸਭ ਤੋਂ ਮਸ਼ਹੂਰ ਤੇ ਜਿਸ ਦੇ ਉੱਪਰ ਵਿਸ਼ਵਾਸ ਕੀਤਾ ਜਾਂਦਾ ਹੈ ਉਹ ਕਹਾਣੀ ਹੈ ਰਾਜਕੁਮਾਰੀ ਰਤਨਾਵਤੀ ਦੀ। ਇੱਥੇ ਤੁਹਾਨੂੰ ਮੈਂ ਇਹ ਵੀ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਅਸੀਂ ਇਹਨਾਂ ਗੱਲਾਂ ਦੇ ਉੱਪਰ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਦੇ, ਇਹ ਸਿਰਫ ਮੈਂ ਤੁਹਾਨੂੰ ਜਾਣਕਾਰੀ ਦੇਣ ਦੇ ਲਈ ਦੱਸ ਰਿਹਾ ਹਾਂ। ਕਿਹਾ ਜਾਂਦਾ ਹੈ ਕਿ ਜਦੋਂ ਇਸ ਕਿਲੇ ਦਾ ਨਿਰਮਾਣ ਕਰਵਾਇਆ ਗਿਆ ਸੀ ਉਸ ਸਮੇਂ ਇਸ ਕਿਲੇ ਦੇ ਅੰਦਰ ਇੱਕ ਬਹੁਤ ਹੀ ਸੋਹਣੀ ਰਾਜਕੁਮਾਰੀ ਰਤਨਾਵਤੀ ਰਹਿੰਦੀ ਸੀ। ਉਸ ਸਮੇਂ ਰਾਜਕੁਮਾਰੀ ਰਤਨਾਵਤੀ ਦੀ ਉਮਰ 18 ਸਾਲ ਸੀ ਤੇ ਉਸ ਦੀ ਖੂਬਸੂਰਤੀ ਦੀਆਂ ਗੱਲਾਂ ਦੂਰ ਦੂਰ ਤੱਕ ਹੋਇਆ ਕਰਦੀਆਂ ਸਨ। ਰਾਜਕੁਮਾਰੀ ਰਤਨਾਵਤੀ ਦੀ ਖੂਬਸੂਰਤੀ ਨੂੰ ਦੇਖ ਕੇ ਸਾਰੀਆਂ ਰਿਆਸਤਾਂ ਦੇ ਰਾਜਕੁਮਾਰ ਉਸ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ, ਜਿਸ ਦੇ ਚੱਲਦੇ ਅਕਸਰ ਹੀ ਰਾਜਕੁਮਾਰੀ ਰਤਨਾਵਤੀ ਦੇ ਲਈ ਵਿਆਹ ਦੇ ਆਫਰ ਆਉਂਦੇ ਰਹਿੰਦੇ ਸਨ। ਕਿਹਾ ਜਾਂਦਾ ਹੈ ਕਿ ਇੱਕ ਵਾਰੀ ਰਾਜਕੁਮਾਰੀ ਰਤਨਾਵਤੀ ਆਪਣੀਆਂ ਕੁਝ ਸਹੇਲੀਆਂ ਦੇ ਨਾਲ ਬਾਜ਼ਾਰ ਦੇ ਵਿੱਚ ਜਾਂਦੀ ਹੈ ਤੇ ਉਹ ਉੱਥੇ ਜਾ ਕੇ ਇੱਕ ਇਤਰ ਜਾਂ ਕਹੀਏ ਪਰਫਿਊਮ ਦੀ ਦੁਕਾਨ ਦੇ ਉੱਪਰ ਰੁਕ ਜਾਂਦੀ ਹੈ। ਉਸ ਦੁਕਾਨ ਦੇ ਉੱਤੇ ਰਾਜਕੁਮਾਰੀ ਆਪਣੇ ਲਈ ਇਤਰ ਖਰੀਦਣ ਲੱਗ ਜਾਂਦੀ ਹੈ ਤੇ ਉਸ ਦੁਕਾਨ ਤੋਂ ਕੁਝ ਦੂਰੀ ਤੇ ਹੀ ਸਿੰਘੀਆ ਸਗੇੜਾ ਨਾਮ ਦਾ ਇੱਕ ਵਿਅਕਤੀ ਖੜਾ ਸੀ। ਸਿੰਘੀਆ ਸਗੇੜਾ ਵੀ ਉਸੇ ਰਾਜ ਦਾ ਰਹਿਣ ਵਾਲਾ ਸੀ ਤੇ ਉਸ ਨੂੰ ਕਾਲੇ ਜਾਦੂ ਦਾ ਮਹਾਰਥੀ ਮੰਨਿਆ ਜਾਂਦਾ ਸੀ। ਰਾਜਕੁਮਾਰੀ ਰਤਨਾਵਤੀ ਦੀ ਸੁੰਦਰਤਾ ਨੂੰ ਦੇਖ ਕੇ ਸਿੰਘੀਆ ਸਗੇੜਾ ਪਹਿਲੀ ਨਜ਼ਰ ਦੇ ਵਿੱਚ ਹੀ ਉਸ ਦੇ ਉੱਪਰ ਫਿਦਾ ਹੋ ਗਿਆ ਤੇ ਉਹ ਟਿਕਟਕੀ ਲਗਾ ਕੇ ਲਗਾਤਾਰ ਰਾਜਕੁਮਾਰੀ ਵੱਲ ਦੇਖ ਰਿਹਾ ਸੀ ਤੇ ਉਸੇ ਟਾਈਮ ਹੀ ਉਸਨੇ ਆਪਣੇ ਮਨ ਦੇ ਅੰਦਰ ਧਾਰ ਲਿਆ ਸੀ ਕਿ ਉਹ ਰਾਜਕੁਮਾਰੀ ਨੂੰ ਪਾ ਕੇ ਹਟੇਗਾ। ਸਿੰਘੀਆ ਸੰਘੇੜਾ ਤੰਤਰ ਮੰਤਰ ਤੇ ਕਾਲੇ ਜਾਦੂ ਦਾ ਮਾਹਰ ਸੀ, ਇਸ ਲਈ ਉਸਨੇ ਰਾਜਕੁਮਾਰੀ ਵੱਲੋਂ ਪਸੰਦ ਕੀਤੇ ਗਏ ਇਤਰ ਦੀ ਇੱਕ ਸ਼ੀਸ਼ੀ ਚੁੱਪਚਾਪ ਚੱਕ ਲਈ ਤੇ ਉਸਨੇ ਤੰਤਰ ਮੰਤਰ ਕਰਕੇ ਇਸ ਸ਼ੀਸ਼ੀ ਦੇ ਉੱਪਰ ਫਿਰ ਤੋਂ ਉਸਨੂੰ ਵਾਪਸ ਪਹਿਲਾਂ ਵਾਲੀ ਜਗ੍ਹਾ ਦੇ ਉੱਪਰ ਰੱਖ ਦਿੱਤਾ। ਅਸਲ ਦੇ ਵਿੱਚ ਉਹ ਆਪਣੀ ਤੰਤਰ ਮੰਤਰ ਦੀ ਵਿੱਦਿਆ ਦੇ ਰਾਹੀਂ ਰਾਜਕੁਮਾਰੀ ਨੂੰ ਆਪਣੇ ਵੱਸ ਦੇ ਵਿੱਚ ਕਰਨਾ ਚਾਹੁੰਦਾ ਸੀ। ਉਸਦਾ ਇਹ ਪਲਾਨ ਕਾਫੀ ਹੱਦ ਤੱਕ ਕਾਮਯਾਬ ਵੀ ਹੋ ਗਿਆ ਸੀ ਕਿਉਂਕਿ ਰਾਜਕੁਮਾਰੀ ਨੇ ਉਸਨੂੰ ਇਹ ਇਤਰ ਦੀ ਸ਼ੀਸ਼ੀ ਦੇ ਨਾਲ ਛੇੜਛਾੜ ਕਰਦੇ ਨਹੀਂ ਦੇਖਿਆ ਸੀ ਤੇ ਫਿਰ ਇਹ ਰਾਜਕੁਮਾਰੀ ਇਤਰ ਦੀ ਸ਼ੀਸ਼ੀ ਲੈ ਕੇ ਵਾਪਸ ਆਪਣੇ ਮਹਿਲ ਦੇ ਵੱਲ ਜਾਣ ਲੱਗੀ ਤੇ ਸੰਘੀਆ ਸੰਘੇੜਾ ਨਾਮ ਦਾ ਵਿਅਕਤੀ ਵੀ ਉਸਦੇ ਪਿੱਛੇ ਪਿੱਛੇ ਤੁਰ ਪਿਆ। ਹਾਲਾਂਕਿ ਰਾਜਕੁਮਾਰੀ ਉੱਥੋਂ ਕੁਝ ਦੂਰੀ ਤੇ ਹੀ ਗਈ ਸੀ ਤੇ ਰਾਜਕੁਮਾਰੀ ਦੀ ਸਹੇਲੀ ਨੇ ਉਸਨੂੰ ਦੱਸਿਆ ਕਿ ਉਸਨੇ ਦੇਖਿਆ ਹੈ ਕਿ ਕਿਸੇ ਅਣਜਾਣ ਵਿਅਕਤੀ ਨੇ ਉਸਦੀ ਇਤਰ ਦੀ ਸ਼ੀਸ਼ੀ ਦੇ ਉੱਪਰ ਤੰਤਰ ਮੰਤਰ ਕੀਤਾ ਹੈ। ਅਸਲ ਦੇ ਵਿੱਚ ਰਾਜਕੁਮਾਰੀ ਦੀ ਸਹੇਲੀ ਨੇ ਸੰਘੀਆ ਨੂੰ ਉਸ ਇਤਰ ਦੀ ਸ਼ੀਸ਼ੀ ਦੇ ਉੱਪਰ ਕਾਲਾ ਜਾਦੂ ਕਰਦੇ ਦੇਖ ਲਿਆ ਸੀ ਪਰ ਉਸ ਦੁਕਾਨ ਦੇ ਉੱਪਰ ਉਹ ਡਰ ਦੀ ਮਾਰੀ ਕੁਝ ਵੀ ਨਹੀਂ ਬੋਲੀ ਤੇ ਜਿਵੇਂ ਹੀ ਰਾਜਕੁਮਾਰੀ ਨੂੰ ਇਸ ਚੀਜ਼ ਬਾਰੇ ਪਤਾ ਲੱਗਦਾ ਹੈ ਤਾਂ ਉਹ ਇਸ ਇਤਰ ਦੀ ਸ਼ੀਸ਼ੀ ਨੂੰ ਰਾਹ ਦੇ ਵਿੱਚ ਪਈ ਇੱਕ ਵੱਡੇ ਸਾਰੇ ਪੱਥਰ ਦੇ ਉੱਪਰ ਸੁੱਟ ਕੇ ਤੋੜ ਦਿੰਦੀ ਹੈ ਤੇ ਪੱਥਰ ਦੇ ਉੱਪਰ ਵੱਜ ਕੇ ਜਦੋਂ ਇਹ ਸ਼ੀਸ਼ੀ ਟੁੱਟਦੀ ਹੈ ਤਾਂ ਸਾਰਾ ਜਿਹੜਾ ਇਤਰ ਹੁੰਦਾ ਹੈ ਸ਼ੀਸ਼ੀ ਦੇ ਵਿੱਚ ਮੌਜੂਦ ਉਹ ਸਾਰਾ ਇਸ ਪੱਥਰ ਦੇ ਉੱਪਰ ਡੁੱਲ ਜਾਂਦਾ ਹੈ। ਇਸ ਤਰ੍ਹਾਂ ਇਸ ਇਤਰ ਦੇ ਵਿੱਚ ਕੀਤਾ ਗਿਆ ਕਾਲਾ ਜਾਦੂ ਉਸ ਪੱਥਰ ਦੇ ਵਿੱਚ ਆ ਗਿਆ। ਇਸ ਤੋਂ ਬਾਅਦ ਇਹ ਪੱਥਰ ਆਪਣੇ ਆਪ ਲੁਟਕਦਾ ਹੋਇਆ ਸੰਘੀਆ ਦੇ ਵੱਲ ਵਧਣ ਲੱਗਿਆ। ਸੰਘੀਆ ਨੇ ਇਸ ਇਤਰ ਦੇ ਉੱਪਰ ਅਜਿਹਾ ਜਾਦੂ ਕੀਤਾ ਸੀ ਕਿ ਜਿਹੜਾ ਵੀ ਇਨਸਾਨ ਇਸ ਇਤਰ ਨੂੰ ਲਗਾਉਂਦਾ ਉਹ ਸੰਘੀਆ ਵੱਲ ਖਿੱਚਿਆ ਆਉਂਦਾ ਤੇ ਹੁਣ ਇਹ ਇਤਰ ਪੱਥਰ ਦੇ ਉੱਪਰ ਲੱਗ ਗਿਆ ਸੀ। ਇਹ ਪੱਥਰ ਬਹੁਤ ਤੇਜ਼ੀ ਦੇ ਨਾਲ ਲੁਟਕਦਾ ਹੋਇਆ ਆਉਂਦਾ ਹੈ ਤੇ ਸੰਘੀਆ ਨੂੰ ਕੁਚਲ ਦਿੰਦਾ ਹੈ ਜਿਸ ਦੇ ਕਾਰਨ ਸੰਘੀਆ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਪਰ ਉਹ ਮਰਨ ਤੋਂ ਪਹਿਲਾਂ ਇੱਕ ਸ਼ਰਾਪ ਦੇ ਦਿੰਦਾ ਹੈ ਕਿ ਰਾਜਕੁਮਾਰੀ ਅਤੇ ਇਸ ਕਿਲੇ ਦੇ ਵਿੱਚ ਰਹਿਣ ਵਾਲੇ ਸਾਰੇ ਲੋਕ ਬਹੁਤ ਜਲਦੀ ਦਰਦਨਾਕ ਮੌਤ ਮਰਨਗੇ ਤੇ ਉਹਨਾਂ ਦੀ ਆਤਮਾਵਾਂ ਨੂੰ ਸ਼ਾਂਤੀ ਨਹੀਂ ਮਿਲੇਗੀ ਤੇ ਉਹ ਇਸ ਕਿਲੇ ਦੇ ਵਿੱਚ ਹੀ ਭੜਕਦੀਆਂ ਰਹਿਣਗੀਆਂ। ਇਸ ਹਾਦਸੇ ਤੋਂ ਕੁਝ ਸਮਾਂ ਬਾਅਦ ਹੀ ਭਾਨਗੜ ਤੇ ਉਸ ਦੇ ਨਜ਼ਦੀਕ ਵਾਲੇ ਰਾਜ ਅਜਬਗੜ ਦੇ ਵਿੱਚ ਯੁੱਧ ਸ਼ੁਰੂ ਹੋ ਜਾਂਦਾ ਹੈ। ਅਜਬਗੜ ਦੀ ਸੈਨਾ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਸੀ ਜਿਸ ਦੇ ਕਾਰਨ ਉਹ ਕੁਝ ਸਮੇਂ ਬਾਅਦ ਹੀ ਭਾਨਗੜ ਦੇ ਕਿਲੇ ਦੇ ਵਿੱਚ ਦਾਖਲ ਹੋ ਜਾਂਦੇ ਨੇ। ਇਸ ਤੋਂ ਬਾਅਦ ਅਜਬਗੜ ਦੀ ਸੈਨਾ ਨੇ ਭਾਨਗੜ ਦੇ ਕਿਲੇ ਦੇ ਵਿੱਚ ਮੌਜੂਦ ਹਰ ਇੱਕ ਇਨਸਾਨ ਇੱਥੋਂ ਤੱਕ ਕਿ ਬੱਚਿਆਂ ਤੱਕ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਦੇ ਵਿੱਚ ਰਾਜਕੁਮਾਰੀ ਰਤਨਾਵਤੀ ਵੀ ਨਹੀਂ ਬਚ ਸਕੀ। ਕਿਹਾ ਜਾਂਦਾ ਕਿ ਇਸ ਭਿਆਨਕ ਕਤਲੇਆਮ ਤੋਂ ਬਾਅਦ
बाद ही यह किला शरापत हो गया। इस कतलेआम दे विच मारे गए सारे मासूमां दीआं आत्मावां अज भी इस किले दे विच भड़कदीआं ने, क्योंकि जदों तों बाद इस किले दे आले दुआले रहण वाले लोकां नूं इस किले दे अंदरों बहुत ज्यादा भयानक आवाजां आउण लगियां सन, ते नाल ही रात दे समें किले दे अंदर जाण वाले लोकां दे गायब होण दीआं घटनावां वी होणियां शुरू हो गईआं सन। इन्हां सारीआं चीज़ां दे चलदे ही इस किले दे नेड़े रहण वाले लोकां ने अपनीआं बस्तीआं छड्ड के इस किले तों दूर रहना शुरू कर दित्ता, ते देखदे ही देखदे किला ते उसदे आले दुआले दा इलाका वीरान हो गया। इस तों बिना इक कहानी इह वी दस्सी जांदी है कि ਭਾਨਗੜ੍ਹ ਦੇ ਵਿੱਚ ਇੱਕ ਯੁੱਧ ਹੋਇਆ ਸੀ ਜਿਸ ਵਿੱਚ ਭਾਨਗੜ੍ਹ ਦੇ ਸਿਪਾਹੀ ਬੁਰੀ ਤਰ੍ਹਾਂ ਦੇ ਨਾਲ ਹਾਰ ਗਏ ਸਨ, ਪਰ ਇਸ ਯੁੱਧ ਦੇ ਵਿੱਚ ਭਾਨਗੜ੍ਹ ਦਾ ਰਾਜਾ ਤੇ ਉਸ ਦਾ ਪਰਿਵਾਰ ਜਾਨ ਬਚਾ ਕੇ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਸਨ, ਕਿਉਂਕਿ ਹੁਣ ਰਾਜੇ ਨੇ ਆਪਣਾ ਸਾਰਾ ਖਜ਼ਾਨਾ ਇਸ ਕਿਲੇ ਦੇ ਅੰਦਰ ਹੀ ਲੁਕੋਇਆ ਹੋਇਆ ਸੀ। ਇਸ ਕਰਕੇ ਉਸਨੇ ਲੋਕਾਂ ਦੇ ਵਿੱਚ ਝੂਠ ਫੈਲਾਉਣਾ ਸ਼ੁਰੂ ਕਰ ਦਿੱਤਾ ਕਿ ਇਹ ਕਿਲਾ ਸ਼ਰਾਪਤ ਹੈ, ਤਾਂ ਕਿ ਕੋਈ ਵੀ ਇਨਸਾਨ ਇਸ ਕਿਲੇ ਦੇ ਵਿੱਚ ਜਾ ਕੇ ਰਾਜੇ ਦੇ ਖਜ਼ਾਨੇ ਨੂੰ ਨਾਲ ਲੁੱਟ ਲਵੇ। ਇਸ ਲਈ ਖਜ਼ਾਨੇ ਦੇ ਲਈ ਫੈਲਾਈ ਗਈ ਇਹ ਅਫਵਾਹ ਲੋਕਾਂ ਨੇ ਬਾਅਦ ਦੇ ਵਿੱਚ ਹੌਲੀ ਹੌਲੀ ਸੱਚ ਮੰਨ ਲਈ, ਤੇ ਭਾਨਗੜ੍ਹ ਦਾ ਇਹ ਕਿਲਾ ਹਮੇਸ਼ਾ ਦੇ ਲਈ ਡਰਾਉਣਾ ਸਮਝਿਆ ਜਾਣ ਲੱਗਾ। ਕਾਰਨ ਚਾਹੇ ਕੋਈ ਵੀ ਰਿਹਾ ਹੋਵੇ, ਪਰ ਇਹ ਵੀ ਸੱਚ ਹੈ ਕਿ ਇਸ ਕਿਲੇ ਨੂੰ ਭੂਤੀਆ ਬਣਾਉਣ ਦੇ ਵਿੱਚ ਸਰਕਾਰ ਦਾ ਵੀ ਬਹੁਤ ਵੱਡਾ ਹੱਥ ਹੈ। ਅਸਲ ਦੇ ਵਿੱਚ ਕਾਨੂੰਨ ਦੇ ਵਿੱਚ ਭੂਤ ਪ੍ਰੇਤ ਅਤੇ ਆਤਮਾ ਵਰਗੀਆਂ ਚੀਜ਼ਾਂ ਦੇ ਲਈ ਕੋਈ ਵੀ ਥਾਂ ਨਹੀਂ ਹੈ। ਅੱਜ ਤੱਕ ਕਿਸੇ ਵੀ ਕੋਰਟ ਨੇ ਆਪਣਾ ਕੋਈ ਵੀ ਫੈਸਲਾ ਭੂਤ ਪ੍ਰੇਤ ਨੂੰ ਧਿਆਨ ਦੇ ਵਿੱਚ ਰੱਖ ਕੇ ਨਹੀਂ ਲਿਆ। ਇਸ ਦੇ ਬਾਵਜੂਦ ਸਰਕਾਰ ਨੇ ਇਸ ਕਿਲੇ ਦੇ ਬਾਹਰ ਬੋਰਡ ਲਗਾ ਕੇ ਰਾਤ ਦੇ ਸਮੇਂ ਇਸ ਕਿਲੇ ਦੇ ਵਿੱਚ ਜਾਣ ਤੋਂ ਵੀ ਮਨ੍ਹਾ ਕੀਤਾ ਹੋਇਆ ਹੈ, ਤੇ ਪ੍ਰਾਤਨ ਵਿਭਾਗ ਦਾ ਇਸ ਕਿਲੇ ਦੇ ਅੰਦਰ ਦਫ਼ਤਰ ਨਾ ਬਣਾਉਣਾ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇਸ਼ਾਰਾ ਜ਼ਰੂਰ ਕਰਦੀਆਂ ਨੇ ਕਿ ਸਾਡੀ ਸਰਕਾਰ ਵੀ ਭੂਤਾਂ ਪ੍ਰੇਤਾਂ ਦੇ ਵਿੱਚ ਵਿਸ਼ਵਾਸ ਰੱਖਦੀ ਹੈ। ਇਸ ਜੀ ਭਾਨਗੜ੍ਹ ਦੇ ਭੂਤੀਆ ਕਿਲੇ ਦੀ ਕਹਾਣੀ, ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ, ਤੇ ਸਾਡੇ ਯੂਟਿਊਬ ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।